ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮਿਤੀ 20/2/2019 ਨੂੰ ਬੜਾ ਕਰਮਾਂ ਅਤੇ ਭਾਗਾਂ ਵਾਲਾ ਦਿਨ ਹੈ। ਅੱਜ ਫਿਰੋਜ਼ਪੁਰ ਜ਼ਿਲ੍ਹੇ ਦੀ ਸੰਗਤ ਵੱਲੋਂ ਜੋ ਦੇਸੀ ਘਿਓ ਲਈ ਸੇਵਾ ਇਕੱਠੀ ਕੀਤੀ ਜਾਂਦੀ ਹੈ, ਉਹਦਾ ਸਾਰਾ ਦੇਸੀ ਘਿਓ ਖਰੀਦ ਕੇ ਅੱਜ ਸ਼੍ਰੀ ਹਜ਼ੂਰ ਸਾਹਿਬ ਲਈ ਭੇਜਿਆ ਜਾਣਾ। ਇਹ ਘਿਓ 16 ਘੋੜੇ ਜੋ ਸਾਹਮਣੇ ਦਿਸ ਰਹੇ ਹਨ, ਹਰ ਘੋੜੇ ਦੇ ਵਿੱਚ 1500-1500 ਟੀਨ ਹੈ। 24,000 ਟੀਨ ਜਿਹੜਾ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੀ ਸੰਗਤ ਵੱਲੋਂ ਸ਼੍ਰੀ ਹਜ਼ੂਰ ਸਾਹਿਬ ਨੂੰ ਰਵਾਨਾ ਕੀਤਾ ਜਾਣਾ। ਬਾਬਾ ਨਰਿੰਦਰ ਸਿੰਘ ਜੀ ਜੋ ਕਿ ਹਜ਼ੂਰ ਸਾਹਿਬ ਮੁੱਖ ਸੇਵਾਦਾਰ ਹਨ, ਕਾਰ ਸੇਵਾ ਵਾਲੇ ਬਾਬੇ, ਉਹ ਕੋਸ਼ੀ ਚਿੰਤ ਪਹੁੰਚਣ ਵਾਲੇ ਆ। ਉਹ ਆਪਣੇ ਕਰ ਕਮਲਾਂ ਨਾਲ ਇਹਨਾਂ ਲੱਦੇ ਹੋਏ ਘੋੜਿਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਅੱਜ ਇੱਥੇ ਫਿਰੋਜ਼ਪੁਰ ਸ਼ਹਿਰ ਕੈਂਟ ਦੀ ਦਾਣਾ ਮੰਡੀ ਦੇ ਵਿੱਚ ਬਹੁਤ ਵੱਡਾ ਇੱਕ ਪ੍ਰੋਗਰਾਮ ਕੀਤਾ ਗਿਆ, ਜਿੱਥੇ ਅਖੰਡ ਪਾਠ ਸਾਹਿਬ ਜੀ ਜਿਹੜੇ ਆਰੰਭ ਕਰਾਏ ਗਏ ਹਨ। ਅਤੇ ਇੱਥੇ ਥੋੜ੍ਹੇ ਚਿਰ ਬਾਅਦ ਬਾਬਾ ਨਰਿੰਦਰ ਸਿੰਘ ਜੀ ਪਹੁੰਚਣ ਵਾਲੇ ਹਨ, ਉਹ ਕਥਾ ਕੀਰਤਨ ਕਰਨਗੇ। ਅਤੇ ਉਦੋਂ ਬਾਅਦ ਇਹ ਜਿਹੜੇ ਘੋੜੇ ਦੇਸੀ ਘਿਓ ਦੇ ਭਰੇ ਖੜ੍ਹੇ ਹਨ, ਇਹਨਾਂ ਨੂੰ ਆਪਣੇ ਕਰ ਕਮਲਾਂ ਨਾਲ ਜਿਹੜਾ ਰਵਾਨਾ ਕਰਨਗੇ। ਸੋ ਸਾਰੇ ਉਹਨਾਂ ਵੀਰਾਂ ਭਰਾਵਾਂ ਨੂੰ ਬਹੁਤ ਉਹਨਾਂ ਵੀਰਾਂ ਭਰਾਵਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ, ਜਿਨ੍ਹਾਂ ਨੇ ਆਪਣੇ ਤਿਲ ਫੁੱਲ ਇਹ ਸੇਵਾ ਵਿੱਚ ਪਾ ਕੇ ਸੇਵਾ ਕੀਤੀ ਆ ਦੇਸੀ ਘਿਓ ਦੀ। ਸੋ ਸਾਰੇ ਵੀਰਾਂ ਨੂੰ ਇੱਥੇ ਸੱਦਾ ਵੀ ਦਿੱਤਾ ਗਿਆ ਸੀਗਾ। ਕਈਆਂ ਵੀਰਾਂ ਨੂੰ ਇਸ ਗੱਲ ਦਾ ਸ਼ੱਕ ਰਹਿੰਦਾ ਵੀ ਇਹ ਜਿਹੜੀ ਅਸੀਂ ਸੇਵਾ ਦੇ ਰਹੇ ਹਾਂ, ਇਹ ਪਤਾ ਨਹੀਂ ਸਹੀ ਅਰਥਾਂ ਦੇ ਵਿੱਚ ਲੱਗਦੀ ਹੈ ਕਿ ਨਹੀਂ ਲੱਗਦੀ। ਪਰ ਉਹ ਵੀ ਸੱਜਣ ਇੱਥੇ ਆ ਕੇ ਦੇਖ ਸਕਦੇ ਆ। ਅੱਜ 24,000 ਟੀਨ ਆ ਜਿਹੜਾ ਉਹ ਇਹਨਾਂ 16 ਘੋੜਿਆਂ ਵਿੱਚ ਲੋਡ ਕਰਕੇ ਸ਼੍ਰੀ ਹਜ਼ੂਰ ਸਾਹਿਬ ਨੂੰ ਰਵਾਨਾ ਹੋ ਰਿਹਾ। ਹਜ਼ੂਰ ਸਾਹਿਬ ਪੂਰੇ ਸਾਲ ਵਿੱਚ ਲੰਗਰ ਦੇ ਵਿੱਚ ਜਿੰਨਾ ਵੀ ਦੇਸੀ ਘਿਓ ਲੱਗਦਾ ਉਹ ਸਾਰਾ ਫਿਰੋਜ਼ਪੁਰ ਜ਼ਿਲ੍ਹੇ ਦੀ ਸੰਗਤ ਵੱਲੋਂ ਜਿਹੜਾ ਅਗਰਾਹੀ ਕਰਕੇ ਲੈ ਕੇ ਉੱਥੇ ਭੇਜਿਆ ਜਾਂਦਾ। ਬਹੁਤ ਹੀ ਜ਼ਿਆਦਾ ਫਿਰੋਜ਼ਪੁਰ ਜ਼ਿਲ੍ਹੇ ਦੀ ਪ੍ਰਾਪਤੀ ਆ। ਸੋ ਸਾਰੇ ਭਰਾਵਾਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਇਸ ਦਾਨ ਵਿੱਚ ਹਿੱਸਾ ਪਾਇਆ, ਉਹਨਾਂ ਦਾ ਬਹੁਤ ਬਹੁਤ ਕੋਟ ਕੋਟ ਧੰਨਵਾਦ ਕੀਤਾ ਜਾਂਦਾ।